ਪ੍ਰਾਇਮਰੀਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨੂੰ ਪੰਜ ਦਿਨ ਰਹਿ ਗਏ ਨੇ ਕਈ ਖੇਤਰਾਂ ਵਿੱਚ ਲੋਕ ਆਪਣੀ ਵੋਟ ਦੀ ਤਾਕਤ ਦੀ ਸਮائش ਕਰ ਚੁੱਕੇ ਹਨ ਅਤੇ ਕੁਝ ਲੋਕ ਹਲੇ ਵੀ ਆਪਣਾ ਮਨ ਬਣਾ ਰਹੇ ਨੇ ਪਿਛਲੇ ਸਮਿਆਂ ਵਿੱਚ ਦੇਖਿਆ ਗਿਆ ਕਿ ਬਹੁਤੇ ਖੇਤਰਾਂ ਵਿੱਚ ਹਿਲਰੀ ਕਲਿੰਟਨ ਅੱਗੇ ਚੱਲ ਰਹੀ ਸੀ ਪਰ ਹੁਣ ਤਾਜ਼ਾ ਸਰਵੇਖਣਾਂ ਅਨੁਸਾਰ ਟੱਕਰ ਬੜੀ ਫਸਵੀ ਹੋ ਗਈ ਹੈ ਟਰੰਪ ਹਿਲਰੀ ਦੇ ਨੇੜੇ ਆ ਗਿਆ ਹੈ ਅੱਜ ਇਸ ਬਾਰੇ ਕਰਾਂਗੇ ਅਸੀਂ ਚਰਚਾ ਡਾਕਟਰ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਅਮਰੀਕਾ ਦੇ ਰਾਸ਼ਟਰਪਤੀ ਚੋਣ ਨੂੰ ਥੋੜੇ ਜਿਹੇ ਦਿਨ ਰਹਿ ਗਏ ਨੇ। ਮੁਕਾਬਲਾ ਬਹੁਤ ਫਸਮਾ ਹੋ ਗਿਆ। ਨਵੇਂ ਸਰਵੇਜ਼ ਆ ਰਹੇ ਨੇ ਕਿ ਦੋਵਾਂ ਨੂੰ ਬਰਾਬਰ ਹੀ ਦਿਖਾ ਰਹੇ ਨੇ। ਕੀ ਕਹਿ ਰਹੇ ਨੇ ਨਵੇਂ ਸਰਵੇਜ਼? ਉਹਨਾਂ ਬਾਰੇ ਥੋੜਾ ਦੱਸਿਓ। ਹਾਂ ਜਗਨਜੀਤਪ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਸਮੁੱਚੀ ਦੁਨੀਆ ਦਾ ਬਹੁਤ ਇੰਟਰਸਟ ਦੇਖ ਰਹੀ ਹੈ। ਜਿਹੜੇ ਸਰਵੇ ਹੋ ਰਹੇ ਨੇ ਇੱਕ ਤਾਂ ਚਲੋ ਅਮਰੀਕਾ ਦੇ ਵਿੱਚ ਹੋ ਰਹੇ ਨੇ। ਅਮਰੀਕਾ ਤੋਂ ਬਾਹਰਲੀ ਦੁਨੀਆ ਕੀ ਸੋਚਦੀ ਹੈ ਉਹਦੇ ਬਾਰੇ ਵੀ ਸਰਵੇ ਹੋ ਰਹੇ ਨੇ। ਕਾਸਟਾਰਟ ਦੇ ਜਿਹੜੇ ਅਰਬ ਵਰਡ ਆ ਜਿੱਥੇ ਕਿਆਮਤੌਰ ਤੇ ਅਮਰੀਕਾ ਦਾ ਇੰਟਰਸਟ ਹੁੰਦਾ ਨਾ ਜਿੱਥੇ ਬਹੁਤ ਸਾਰੀਆਂ ਲੜਾਈਆਂ ਲੱਗੀਆਂ ਹੋਈਆਂ ਨੇ ਕਲੀਸ਼ਨ ਜਿਹੜੇ 파ਟਨਰ ਨੇ ਅਮਰੀਕਾ ਦੇ ਉੱਥੇ ਲੜਾਈ ਦੇ ਵਿੱਚ ਇਨਵੋਲਵ ਨੇ ਉੱਥੇ ਵੀ ਸਰਵੇ ਚੱਲ ਰਹੇ ਨੇ ਕਈ ਕਿਸਮ ਦੇ ਪਰ ਜੇ ਲੋ ਆਪਾਂ ਅਮਰੀਕਾ ਦੇ ਸਰਵੇਆਂ ਦੀ ਗੱਲ ਇਸ ਕਰਕੇ ਬਹੁਤੀ ਇੰਪੋਰਟੈਂਸ ਦਿੰਨੇ ਆ ਕਿਉਂਕਿ ਅਮਰੀਕਾ ਦੇ ਲੋਕਾਂ ਨੇ ਹੀ ਅਮਰੀਕਾ ਦਾ ਰਾਸ਼ਟਰਪਤੀ ਚੁਣਨਾ ਕਰਨਾ ਚਾਰਕ ਦਿਨੋਂ ਉਹ ਵਿਚਾਰੇ ਰਹਿ ਗਏ ਨੇ 8 ਤਰੀਕ ਨੂੰ ਵੋਟਾਂ ਪੈਣੀਆਂ ਨੇ ਅਜੇ ਹੀ ਪੋਜੀਸ਼ਨ ਦੇ ਵਿੱਚ ਅੱਜ ਦੀ ਜਿਹੜੀ ਸਰਵੇਖਿਆ ਦੀ ਪੋਜੀਸ਼ਨ ਹੈ ਕਿਉਂਕਿ ਲੇਟੈਸਟ ਆ ਰਹੀ ਹੈ ਡੇਲੀ ਆ ਰਹੀ ਹੈ ਸਾਰੀ ਕਈ ਕੰਪਨੀਆਂ ਲੱਗੀਆਂ ਹੋਈਆਂ ਨੇ ਸਰਵੇ ਕਰਨ ਦੇ ਵਿੱਚ ਤੇ ਸਾਰੇ ਅਖਬਾਰਾਂ ਦੇ ਗਰੁੱਪ ਜਾਂ ਮੀਡੀਆ ਗਰੁੱਪ ਨੇ ਜਿਹੜੇ ਉਹਨਾਂ ਨੇ ਕੁਝ ਰਿਸਰਚ ਆਰਗੇਨਾਈਜੇਸ਼ਨ ਦੇ ਨਾਲ ਲਾਈਆਂ ਹੋਈਆਂ ਨੇ ਸਰਵੇ ਕਰਨ ਦੇ ਉੱਤੇ ਸਰਵੇ ਬਹੁਤੇ ਟੈਲੀਫੋਨ ਤੇ ਹੋ ਰਹੇ ਨੇ ਜਾਂ ਇੰਟਰਨੈਟ ਤੇ ਹੋ ਰਹੇ ਨੇ ਲੋਕਾਂ ਨਾਲ ਸਿੱਧਾ ਸੰਪਰਕ ਕਿਸੇ ਦਾ ਨਹੀਂ ਹੋ ਰਿਹਾ ਉਹਨਾਂ ਸਰਵੇਆਂ ਦੇ ਅਨੁਸਾਰ ਜੇ ਅਸੀਂ ਸੀਐਨਐਨ ਦੇ ਪੋਲ ਲਈਏ ਸੋ ਇਹਨਾਂ ਦਾ ਇੱਕ ਤੋਂ ਪੋਲ ਆ ਜਿਹੜਾ ਉਹ ਆਪ ਕਰਾ ਰਹੇ ਨੇ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਉਹਦੇ ਚ ਕਲਿੰਟਨ 49% ਤੇ ਚੱਲ ਰਹੀ ਹੈ ਅਤੇ 트럼ਪ 45 ਤੇ ਆ ਭਾਉ ਉੱਥੇ ਉਹ ਕਲਿੰਟਨ ਨੂੰ ਕਾਫੀ ਜੱਡੀ ਹਲੇ ਵੀ ਜਿੱਤ ਦੀ ਪੋਜੀਸ਼ਨ ਦੇ ਵਿੱਚ ਦਿਖਾ ਰਹੇ ਨੇ 4-5% ਦੇ ਉੱਤੇ ਜਿਹੜਾ ਪੋਲ ਆ ਪੋਲਸ ਕਰਦੇ ਨੇ ਉਹ ਸਾਰੇ ਪੋਲ ਦਾ ਐਵਰੇਜ ਕੱਢਦੇ ਆ ਉਸ ਐਵਰੇਜ ਪੋਲ ਦੇ ਵਿੱਚ ਵੀ ਕਲਿੰਟਨ 46 ਪੁਆਇੰਟ ਤੇ ਚੱਲ ਰਹੀ ਹੈ ਅਤੇ 트럼ਪ 42 ਤੇ ਚੱਲ ਰਿਹਾ 4 ਪੁਆਇੰਟ ਪਿੱਛੇ ਚੱਲ ਰਿਹਾ ਇੱਕ ਸਰਵੇ ਆ ਜਿਹੜਾ ABC ਵਾਸ਼ਿੰਗਟਨ ਪੋਸਟ ਵਾਲਿਆਂ ਦਾ ਜਿਹੜਾ ਕਿ ਤਕਰੀਬਨ ਅੱਧ ਕ ਅਕਤੂਬਰ ਦੇ ਵਿੱਚ 12 ਪੁਆਇੰਟ ਦੀ ਲੀਡ ਦਿੰਦਾ ਸੀ ਕਲਿੰਟਨ ਨੂੰ ਅੱਜ ਉਹ ਟਰੰਪ ਨੂੰ 1 ਪੁਆਇੰਟ ਦੀ ਲੀਡ ਦੇ ਰਿਹਾ ਹੈ ਟਰੰਪ ਅੱਗੇ ਹੋ ਗਿਆ ਟਰੰਪ 1 ਪੁਆਇੰਟ ਉਸ ਸਰਵੇ ਦੇ ਵਿੱਚ 46% ਤੇ ਹੈ ਅਤੇ ਕਲਿੰਟਨ 45% ਤੇ ਹੈ ਉਹ ਇੱਕੋ ਇੱਕ ਸਰਵੇ ਹੈ ਜਿਹੜਾ ਕਿ ਟਰੰਪ ਨੂੰ ਅੱਗੇ ਦਿਖਾ ਰਿਹਾ ਹੈ ਬਾਕੀ ਸਾਰੇ ਸਰਵੇ ਜਿਵੇਂ ਬੀਬੀਸੀ ਵਾਲਿਆਂ ਦਾ 1% ਅੱਗੇ ਦਿਖਾਉਂਦਾ ਕਲਿੰਟਨ ਨੂੰ ਸੀਬੀਸੀ ਵਾਲਿਆਂ ਦਾ ਟਰੈਕਰ ਹੈ ਜਿਹੜਾ ਉਹ ਵੀ 1% ਅੱਗੇ ਦਿਖਾਉਂਦਾ ਤਾਂ ਬਹੁਤ ਸਾਰੇ ਸਰਵੇ ਨੇ ਜਿਹੜੇ 1.5 2 3% ਦੇ ਦਰਮਿਆਨ ਕਲਿੰਟਨ ਨੂੰ ਅੱਗੇ ਦਿਖਾ ਰਹੇ ਨੇ ਇੱਕ ਤਾਂ ਇਹ ਪੱਖ ਹੈ ਜੀ ਜਾ ਪੱਕੀ ਹੈ ਕਿ ਜਿਹੜੇ ਬੁਕੀਜ਼ ਨੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਦਾ ਵੀ ਬੜਾ ਇੰਪੋਰਟੈਂਟ ਰੋਲ ਹੁੰਦਾ ਇਹਦੇ ਵਿੱਚ ਕਿ ਉਹ ਕਿਹਨੂੰ ਜਿਤਾ ਰਹੇ ਹੁੰਦੇ ਨੇ ਕਿਉਂਕਿ ਸ਼ਰਤਾਂ ਲੱਗਦੀਆਂ ਨੇ ਬੜਾ ਪੈਸਾ ਚੱਲਦਾ ਉਸ ਮਸਲੇ ਦੇ ਵਿੱਚ ਉਹ ਤਕਰੀਬਨ ਸਾਰੇ ਦੇ ਸਾਰੇ ਉਹ ਕਲੈਂਟਨ ਨੂੰ ਜਿਤਾ ਰਹੇ ਨੇ ਫਿਲਹਾਲ ਹਾਂ ਇੱਕ ਗੱਲ ਸਾਰਿਆਂ ਦੀ ਮੰਨੀ ਹੈ ਇਸ ਗੱਲ ਨੂੰ ਕਿ ਕਲੈਂਟਨ ਦੀ ਜਿਹੜੀ ਲੀਡ ਹੈ ਉਹ ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਘਟੀ ਹੈ ਜੀ ਪਹਿਲਾਂ ਦੇ ਮੁਕਾਬਲੇ ਦੇ ਉੱਤੇ ਕਾਫੀ ਘਟੀ ਹੈ ਪਹਿਲਾਂ ਬਹੁਤ ਸਾਰੇ ਟਰੈਕਰ ਸੀ ਜਿਵੇਂ 538 ਹੈ ਉਹ ਕਹਿੰਦਾ ਸੀ ਕਿ ਕਲੈਂਟਨ ਦੀ ਜਿਹੜੀ ਜਿੱਤ ਹੈ 81% ਸ਼ੂਅਰ ਹੈ ਹੂੰ ਹੁਣੋ ਆ ਗਿਆ ਕਿ 66% ਸ਼ੂਅਰ ਹੈ ਹੁਣ ਜਿਹੜੀ 60 65 60% ਇਥੋਂ ਤੱਕ ਆ ਗਿਆ ਕਿ ਕਲਿੰਟਨ ਦੀ ਜਿੱਤ ਸ਼ੂਅਰ ਹੈ ਉਹਨੂੰ ਕੋਈ ਹਰਾ ਨਹੀਂ ਸਕਦਾ ਕਿਉਂਕਿ ਨੈਸ਼ਨਲ ਐਵਰੇਜ ਜਿੱਤੇ ਜਦੋਂ ਵੋਟ ਲਈ ਜਾਂਦੀਆਂ ਹੋਰ ਹੈ ਤੇ ਜਿਹੜੀਆਂ ਐਕਚੁਅਲ ਵੋਟਾਂ ਪੈਂਦੀਆਂ ਨੇ ਹੋਟਾਂਗ ਨੇ ਪੈਂਦੀਆਂ ਨੇ ਤਾਂ ਇਸ ਰੂਪ ਦੇ ਵਿੱਚ ਅੱਜ ਵੀ ਕਲਿੰਟਨ ਦਾ ਹੱਥ ਉੱਤੇ ਹੈ ਪਰ ਕਲਿੰਟਨ ਦਾ ਗ੍ਰਾਫ ਥੱਲੇ ਆਉਣ ਨਾਲ ਉਹਦੇ ਸਪੋਰਟਰਾਂ ਦੇ ਵਿੱਚ ਥੋੜੀ ਜਿਹੀ ਨਾਰਸ਼ਾ ਹੈ ਤੇ ਟਰੰਪ ਦਾ ਹੱਥ ਉੱਪਰ ਹੋਣ ਕਰਕੇ ਜਿਉਂਕਿ ਵਧ ਰਿਹਾ ਉਹ ਤਾਂ ਨੂੰ ਉਹਦੇ ਜਿਹੜੇ ਸਪੋਰਟਰ ਨੇ ਉਹਨਾਂ ਚ ਹੱਲਾਸ਼ੇਰੀ ਵੱਧ ਦੇਖਣ ਨੂੰ ਮਿਲਿਆ। ਆਪ ਸਰ ਜਿੱਦਾਂ ਤੁਸੀਂ ਦੱਸਿਆ ਕਿ ਵੀ ਹਿਲਰੀ ਕਲਿੰਟਨ ਪਹਿਲਾਂ ਨਾਲੋਂ ਥੋੜਾ ਗਰਾਫ ਉੱਧਰ ਥੱਲੇ ਆਇਆ। ਕਾਰਨ ਕੀ ਬਣਿਆ? ਕੀ ਕੋਈ ਈਮੇਲਜ਼ ਦਾ ਰੌਲਾ ਹਿਲਰੀ ਕਲਿੰਟਨ ਦੀ ਗਲਤੀ ਕਰਕੇ ਡੋਨਲਡ ਟਰੰਪ ਕੁਝ ਇਹੋ ਜਿਹਾ ਵਧੀਆ ਕਰਕੇ ਕਿ ਵੀ ਲੋਕਾਂ ਵਿੱਚ ਉਹਨਾਂ ਦਾ ਬਾਹਰ ਆ ਗਿਆ। ਡੋਨਲਡ ਟਰੰਪ ਨੇ ਕੁਝ ਵੀ ਅੱਛਾ ਨਹੀਂ ਕੀਤਾ। ਇਹ ਆ ਵੀ ਇਹਨਾਂ ਦਿਨਾਂ ਦੇ ਵਿੱਚ ਉਹਦੀ ਕੋਈ ਨਵੀਂ ਵੀਡੀਓ ਸਾਹਮਣੇ ਨਹੀਂ ਆਈ ਜਿਹੜੀ ਉਹਨੂੰ ਮੌਕੇ-ਮੌਕੇ ਤੇ ਪਿਛਲੇ ਸਮਿਆਂ ਦੇ ਵਿੱਚ ਆਉਂਦੀਆਂ ਰਹੀਆਂ। ਇਹ ਉਹ ਇਹੀ ਉਹਨੂੰ ਪੋਜ਼ਿਟਿਵ ਪੱਖ ਮੰਨਿਆ ਜਾ ਰਿਹਾ ਇੱਕ ਤਾਂ। ਦੂਜਾ ਇਹ ਕਿ ਇੱਕ ਈਮੇਲ ਵਾਲਾ ਮਸਲਾ ਜਿਵੇਂ ਪਹਿਲਾਂ ਵੀ ਉਠਿਆ ਸੀ ਕਿ ਜਦੋਂ ਸਕੱਤਰਰੀ ਆਫ ਸਟੇਟ ਸੀ ਕਿ ਹਿਲਰੀ ਕਲਿੰਟਨ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਸਾਰੀਆਂ ਈਮੇਲ ਜਿਹੜੀਆਂ ਸਰਕਾਰੀ ਸੀ ਇਹਨੇ ਆਪਣੇ ਘਰੇ ਹੀ ਇੱਕ ਪ੍ਰਾਈਵੇਟ ਸਰਵਰ ਈਮੇਲ ਦਾ ਸਥਾਪਿਤ ਕਰ ਲਿਆ ਸੀ ਕਿ ਆਪਣੇ ਘਰੇ ਆਪਣੇ ਪ੍ਰਾਈਵੇਟ ਈਮੇਲ ਸਰਵਰ ਦੇ ਵਿੱਚ ਸਰਕਾਰੀ ਈਮੇਲਾਂ ਨੂੰ ਦੇਖਦੀ ਸੀ ਤਾਂ ਉਹਦਾ ਬੜਾ ਰੋਲਾ ਪਿਆ ਸੀ ਪਹਿਲਾਂ ਵੀ ਪਿਆ ਸੀ ਪਰ ਜੁਲਾਈ ਦੇ ਵਿੱਚ FBI ਨੇ ਇਹਨੂੰ ਕਲੀਨ ਚਿੱਟ ਦੇ ਦਿੱਤੀ ਸੀ ਕਿ ਇਹਨਾਂ ਈਮੇਲਾਂ ਦੇ ਵਿੱਚ ਕੋਈ ਹਿਰਾਫੇਰੀ ਨਹੀਂ ਹੈ ਇਹਨੇ ਕੁਝ ਨਹੀਂ ਕੀਤਾ ਤਾਂ ਉਦੋਂ ਬਾਅਦ ਕਲੈਂਟਰ ਤਗੜੀ ਹੋ ਗਈ ਹੁਣ ਜੁਲਾਈ ਤੋਂ ਲੈ ਕੇ ਹੁਣ ਇੱਕਦਮ ਹੁਣ ਕੀ ਹੋਇਆ ਆ ਪਿਛਲੇ ਹਾਲੇ ਪਿਛਲੇ ਉਹ ਤੇ ਫ੍ਰਾਈਡੇ ਦੀ ਗੱਲ ਹੈ ਕਿ FBI ਦੇ ਡਾਇਰੈਕਟਰ ਨੇ ਕਾਂਗਰਸ ਨੂੰ ਚਿੱਠੀ ਲਿਖਤੀ ਕਿ ਸਾਨੂੰ ਕੁਝ ਨਵੀਆਂ ਈਮੇਲਾਂ ਮਿਲੀਆਂ ਨੇ ਉਹਦੇ ਉਹਦੀ ਅਸੀਂ ਹੁਣ ਪੁਨ ਨਿਸ਼ਾਨ ਕਰ ਰਹੇ ਹਾਂ ਸੋ ਰੀਓਪਨ ਕਰ ਰਹੇ ਹਾਂ ਰੀਓਪਨ ਕਰ ਲਈਏ ਉਹ ਪੁਰਾਣੀਆਂ ਤਾਂ ਬੰਦ ਹੋ ਗਿਆ ਸੀ ਸਿਸਟਮ ਉਹ ਕਹਿੰਦੇ ਹੁਣ ਸਾਨੂੰ ਨਵੀਆਂ ਹੋਰ ਮਿਲ ਗਈਆਂ ਹੁਣ ਨਵੀਆਂ ਹੋਰ ਮਿਲ ਗਈਆਂ ਇਹਦੇ ਪਿੱਛੇ ਕੀ ਚਾਲ ਹੈ ਕੀ ਪੋਲਿਟਿਕਸ ਹੈ ਇੱਕ ਤਾਂ ਇਸ ਗੱਲ ਦਾ ਵਿਚਾਰ-ਵਚਾਰਚਾ ਕਾਫੀ ਚੱਲ ਰਹੀ ਹੈ ਜੀ ਖਾਸ ਤੌਰ ਤੇ ਜਿਹੜਾ ਅਬਾਮਾ ਉਹਨਾਂ ਦੇ ਰਾਸ਼ਟਰਪਤੀ ਨੇ ਉਹਨੇ ਵੀ ਅੱਜ ਤੇ ਕੱਲ ਬਹੁਤ ਸਾਰਾ ਭੰਡੀ ਪ੍ਰਚਾਰ ਕੀਤਾ ਐਫਬੀਆਈ ਦੇ ਉੱਤੇ ਆਲੋਚਨਾ ਕੀਤੀ ਹੈ ਕਿ ਇਹਨਾਂ ਨੂੰ ਹੁਣ ਇਹਨਾਂ ਮੌਕੇ ਤੇ ਆ ਕੇ ਜਿਹੜੀਆਂ ਲੱਭ ਗਈਆਂ ਇਹ ਕੀ ਮਸਲਾ ਸਾਰਾ ਜੀ ਅਸਲ ਚ ਮਸਲਾ ਇਹ ਹੈ ਕਿ ਕਲੈਂਟਨ ਦੀ ਇੱਕ ਪ੍ਰਾਣੀ ਸਹਾਇਕ ਹੁੰਦੀ ਸੀ ਲੇਡੀ ਉਹ ਉਹਦਾ ਇੱਕ ਹਸਬੈਂਡ ਦੋਨਾਂ ਦੇ ਵਿੱਚ ਅਣਮਨ ਹੋ ਗਈ। ਉਹਦੇ ਹਸਬੈਂਡ ਦੇ ਲੈਪਟਾਪ ਤੋਂ ਤਕਰੀਬਨ 650000 ਨਵੀਆਂ ਈਮੇਲਸ ਜਿਨ੍ਹਾਂ ਦਾ ਸਬੰਧ ਕਲੈਂਟਰ ਨਾਲ ਹੋ ਸਕਦਾ ਹੈ ਕਿਉਂਕਿ ਉਹਦੀ ਸਹਾਇਕ ਸੀ ਉਹ 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 ਉਹਨਾਂ ਨੂੰ ਲਭੀਆਂ ਨੇ ਉਹਦੇ ਵਿੱਚੋਂ ਕੀ ਕਿ ਕਲਾਸੀਫਾਈਡ ਹੈਗੀਆਂ ਜਾਂ ਨਹੀਂ ਹੈਗੀਆਂ ਕਿ ਉਹਦੇ ਵਿੱਚ ਕੋਈ ਅਜਿਹੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕੋਈ ਸਰਕਾਰ ਦੇ ਤੱਥ ਲੁਕੋਏ ਗਏ ਹੋਣ ਜਾਂ ਸਰਕਾਰ ਦੀ ਕੋਈ ਖੇਰਾ ਫੇਰੀ ਝਲਕਦੀ ਹੋਵੇ ਉਹ ਹਾਲੇ ਉਹ ਕਹਿੰਦੇ ਵੀ ਉਹਦੀ ਅਸੀਂ ਹਾਲੇ ਪਰਖ ਕਰ ਰਹੇ ਹਾਂ। ਹੂੰ। ਪਰ ਕਿ ਕਹੇ ਦੇਣਾ ਚ ਹੋਊਗੀ ਕਿੰਨਾ ਟਾਈਮ ਲੱਗੂ ਇਹਦਾ ਕੋਈ ਪਤਾ ਨਹੀਂ ਹੈ ਪਰ ਇਹ ਕਹਿਣ ਦੇ ਨਾਲ ਹੀ ਕਿ ਸਾਨੂੰ ਹੋਰ ਈਮੇਲਾਂ ਲੱਭ ਗਈਆਂ ਉਹਦੀ ਜਾਂਚ ਕਰਾਂਗੇ ਇੱਕਦਮ ਉਹਨੇ ਕਲੈਂਟਨ ਦੀ ਜਿਹੜੀ ਕੈਂਪੇਨ ਸੀ ਉਹਦੇ ਵਿੱਚ ਖੜੋਤ ਲਿਆਂਦੀ ਲੋਕਾਂ ਦੇ ਵਿੱਚ ਪਹਿਲਾਂ ਹੀ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ ਬਣਿਆ ਹੋਇਆ ਸੀ ਕਿ ਲੋਕ ਕਲਿੰਟਨ ਤੇ ਵਿਸ਼ਵਾਸ ਘੱਟ ਕਰਦੇ ਸੀ ਇਹ ਸਮਝਦੇ ਸੀ ਕਿ ਬਹੁਤ ਸਾਰੀਆਂ ਗੱਲਾਂ ਲੁਕੋ ਜਾਂਦੀ ਹੈ ਤਾਂ ਹੁਣ ਆ ਨਵਾਂ ਪੱਖ ਆਉਣ ਦੇ ਨਾਲ ਉਹ ਲੋਕਾਂ ਦੇ ਵਿੱਚ ਹੋਰ ਉਹ ਗੱਲ ਪੱਕੀ ਹੋ ਗਈ ਕਿ ਵਾਕਈ ਇਹ ਤਾਂ ਬਹੁਤ ਕੁਝ ਲੁਕੋ ਜਾਂਦੀ ਹੈ ਉਹਨੇ ਕਲਿੰਟਨ ਦਾ ਗ੍ਰਾਫ ਕਾਫੀ ਥੱਲੇ ਸੁੱਟਿਆ ਇਹ ਲਾਜ਼ਮੀ ਸੀ ਉਹ ਵੋਟਰ ਜਿਹੜੇ ਕਿ ਕਲਿੰਟਨ ਦੇ ਲਈ ਬਹੁਤ ਉਤਸ਼ਾਹ ਰੱਖਦੇ ਸੀ ਪਹਿਲਾਂ ਜੀ ਉਤ 60 ਇਹੋ ਉਹਨਾਂ ਦੀ ਪਰਸੈਂਟੇਜ 51 ਤੋਂ ਘਟ ਕੇ 47 ਤੇ ਆਈ ਹੈ ਤਾਂ ਇਹਦਾ ਭਾਵ ਕਲਿੰਟਨ ਨੂੰ ਇਹਨਾਂ ਈਮੇਲਾਂ ਦੇ ਸਿਸਟਮ ਨੇ ਥੋੜਾ ਜਿਹਾ ਡੈਮੇਜ ਕੀਤਾ ਪਰ ਉਹ ਕਿ ਉਹਦੇ ਚੋਂ ਨਿਕਲਣਾ ਕਲਿੰਟਨ ਕਹਿੰਦੀ ਕੁਝ ਨਹੀਂ ਨਿਕਲਣਾ ਸਗੋਂ ਛੇਤੀ ਫੈਸਲਾ ਕਰੋ ਨਿਕਲਦਾ ਕਿ ਨਹੀਂ ਨਿਕਲਦਾ ਇਹਨਾਂ ਨੂੰ ਇਲੈਕਸ਼ਨ ਹੋ ਜਾਣੀਆਂ ਚਾਰ ਦਿਨਾਂ ਬਾਅਦ ਹਾਲੇ ਸੰਭਾਵਨਾ ਨਹੀਂ ਨਿਕਲਣ ਦੀ ਕੁਝ ਹੈ ਤਾਂ ਪਰ ਉਹਦਾ ਨੁਕਸਾਨ ਜ਼ਰੂਰ ਕਲਿੰਟਨ ਨੂੰ ਫੇਸ ਕਰਨਾ ਪਿਆ ਤਾਂ ਉਹਦਾ ਕਿੰਨਾ ਕਿ ਡੈਂਟ ਨੂੰ ਰੋਕੜ ਪਾ ਸਕਦੀ ਹੈ ਦੇਖਦੇ ਆਪ ਸਰ ਜੀ ਤੁਸੀਂ ਦੱਸਿਆ ਕਿ ਵੀ ਆਮ ਤੌਰ ਤੇ ਜੋ ਵੈਸੇ ਵੇਖਿਆ ਜਾ ਰਿਹਾ ਹੈ ਹਿਲਰੀ ਕਲਿੰਟਨ ਦੇ ਹਾਕਮ ਵਿੱਚ ਜਾ ਰਹੇ ਨੇ ਸੋ ਕੀ ਨੈਸ਼ਨਲ ਵੋਟ ਦੇ ਆਧਾਰ ਦੇ ਉੱਤੇ ਹੀ ਜਿੱਤ ਯਕੀਨੀ ਹੈ ਜਾਂ ਫਿਰ ਕੋਈ ਹੋਰ ਫਾਰਮੂਲਾ ਵੀ ਕੰਮ ਕਰਦਾ ਹੈ ਇੱਥੇ ਹਾਂ ਇਹ ਉੱਥੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਹੁਣ ਜਿਹੜੀ ਐਵਰੇਜ ਚੈਨਲ ਹੈ ਆਪਾਂ ਕਹਿੰਦੇ ਕਿ ਕਲਿੰਟਨ 46 ਤੇ ਜੋ 45 ਤੇ ਉਹ 44 ਤੇ ਉਹ 45 ਤੇ ਇੱਕ ਤਰ੍ਹਾਂ ਦੀ ਨੈਸ਼ਨਲ ਐਵਰੇਜ ਵੋਟ ਹੈ ਨਾ ਜੀ ਇਹਨੂੰ ਅਸੀਂ ਪਪੂਲਰ ਵੋਟ ਦਾ ਨਾਮ ਵੀ ਦੇ ਦਿੰਦੇ ਹਾਂ ਹੁਣ ਪਪੂਲਰ ਵੋਟ ਦਾ ਉੱਥੇ ਕਨਸੈਪਟ ਹੈ ਜੋ ਅਮਰੀਕਾ ਦੇ ਵਿੱਚ ਬਿਲਕੁਲ ਡਿਫਰੈਂਟ ਕਿਸਮ ਦਾ ਹੈ ਇਹ ਕਈ ਵਾਰੀ ਅਜਿਹਾ ਦੇਖ ਚਾਰ ਮੌਕੇ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਨੇ ਜਿਹੜੇ ਉਹ ਇਲੈਕਸ਼ਨ ਜਿੱਤ ਗਏ ਪਰ ਉਹਨਾਂ ਨੂੰ ਟੋਟਲ ਨੈਸ਼ਨਲ ਐਵਰੇਜ ਦਾ ਜਿਹੜੀ ਪਪੂਲਰ ਵੋਟ ਸੀ ਉਹ ਘੱਟ ਮਿਲੀ ਦੂਜਿਆਂ ਨਾਲੋਂ ਜੀ ਸਭ ਤੋਂ ਲੇਟੈਸਟ ਐਗਜ਼ਾਮਪਲ ਜੇ ਆਪਾਂ ਦੇਖਣੀ ਹੋਵੇ ਤਾਂ ਜਾਰਜ ਡਬਲਯੂ ਬੁਸ਼ ਦੀ ਸੀ ਕਿ ਉਹਨੇ ਜਦੋਂ ਐਲਗੋਰ ਦੇ ਨਾਲ ਇਲੈਕਸ਼ਨ ਲੜੀ 2000 ਈਸਵੀ ਦੇ ਵਿੱਚ ਉਸ ਇਲੈਕਸ਼ਨ ਦੇ ਵਿੱਚ ਐਲਗੋਰ ਦੀਆਂ ਟੋਟਲ ਵੋਟਾਂ ਜਿਹੜੀਆਂ ਅਮਰੀਕਾ ਦੀ ਟੋਟਲ ਵੋਟ ਲਈਏ 5 ਲੱਖ 40 ਹਜ਼ਾਰ ਵੱਧ ਵੋਟਾਂ ਪਈਆਂ ਸੀ ਉਹਨੂੰ ਪਰ ਵੋਟੋ ਇਲੈਕਸ਼ਨ ਹਾਰ ਗਿਆ ਇਲੈਕਸ਼ਨ ਜਿੱਤਿਆ জর্জ ਡਬਲਯੂ ਬੁਸ਼ ਉਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਇਹ ਹੈ ਕਿਉਂਕਿ ਉੱਥੋਂ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਨਾਲ ਨਹੀਂ ਜਿਵੇਂ ਬਾਕੀ ਦੇਸ਼ਾਂ ਦੇ ਵਿੱਚ ਕੰਮ ਕਰਦਾ ਹੈ ਉੱਥੋਂ ਦਾ ਸਿਸਟਮ ਦੋ ਉਹਦੇ ਵਿੱਚ ਗੱਲਾਂ ਬਹੁਤ ਇਫੈਕਟ ਕਰਦੀਆਂ ਨੇ ਇੱਕ ਤਾਂ ਇਹ ਜਿਹੜਾ ਉਹਨਾਂ ਦਾ ਡੈਲੀਗੇਟ ਸਿਸਟਮ ਹੈ ਜੀ ਕਿ ਉਹ ਡੈਲੀਗੇਟ ਸਿਸਟਮ ਦੇ ਆਧਾਰ ਤੇ ਸਾਰੀਆਂ ਸੂਬਿਆਂ ਦੇ ਵਿੱਚੋਂ ਮੰਨ ਲਓ ਕੈਲੀਫੋਰਨੀਆ ਦੀ ਸਟੇਟ ਹੈ ਇੱਕ ਹੁਣ ਜਿਹੜੀਆਂ ਚਾਰ ਵੱਡੀਆਂ ਸਟੇਟਾਂ ਕੋਈ ਲਿਆ ਜਾਂਦਾ ਤਾਂ ਜਿੱਤ ਜਾਂਦਾ ਮੋਸਟਲੀ ਕੈਲੀਫੋਰਨੀਆ ਸਟੇਟ ਦੇ ਇਹਨਾਂ ਦੇ ਵਿੱਚ 538 ਇਲੈਕਟੋਰਲ ਕਾਲਜ ਦੇ ਮੈਂਬਰ ਜਿਨ੍ਹਾਂ ਨੇ ਅੱਗੇ ਰਾਸ਼ਟਰਪਤੀ ਨੂੰ ਚੁਣਨਾ ਦਸੰਬਰ ਦੇ ਵਿੱਚ ਜਾ ਕੇ ਉਹਨਾਂ 538 ਉਮੀਦਵਾਰਾਂ ਨੂੰ ਚੁਣਨ ਦੇ ਲਈ ਹੀ ਹੁਣ 8 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਜੀ ਉਹ ਪੈਣੀਆਂ ਨੇ ਸਟੇਟ ਵਾਈਜ਼ 50 ਸਟੇਟਸ ਨੇ ਮੰਨ ਲਓ ਕੈਲੀਫੋਰਨੀਆ ਦੀ ਸਟੇਟ ਹੈ ਕੈਲੀਫੋਰਨੀਆ ਦੇ ਡੈਲੀਗੇਟ ਨੇ ਉਹਦੇ ਵਿੱਚ 55 ਜੀ ਹੁਣ 55 ਬੰਦੇ ਚੁਣਨੇ ਨੇ 55 ਬੰਦਿਆਂ ਨੂੰ ਚੁਣਨ ਦੇ ਲਈ ਜਿੰਨੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੇ 55 ਬੰਦਿਆਂ ਦੀ ਆਪਣੀ ਲਿਸਟ ਉੱਥੇ ਜਾਰੀ ਕਰਤੀ ਪਿਆ ਸਾਡੇ 55 ਬੰਦੇ ਨੇ ਜਿਹੜੇ ਕਿ ਕੈਲੀਫੋਰਨੀਆ ਦੇ ਵਿੱਚੋਂ ਚੁਣੇ ਜਾਣੇ ਨੇ ਲੋਕ ਅਕੱਲੇ-ਕੱਲੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਂਦੇ ਉਹ ਪੂਰੀ ਲਿਸਟ ਤੇ ਵੋਟ ਲਾਉਂਦੇ ਆ ਇਹਦੇ ਭਾਵ ਜਿਹੜੀ ਉੱਥੇ ਹੁਣ ਹੋਰ ਵੀ ਕੈਂਡੀਡੇਟ ਖੜੇ ਨੇ ਦੋ ਥੋੜੇ ਜਿਹੇ ਚੰਗੇ ਨੇ ਉਹ ਤਾਂ ਟੋਟਲ ਕੈਂਡੀਡੇਟ ਤਾਂ 25 ਖੜੇ ਨੇ ਪਰ ਮੁਕਾਬਲਾ ਦੋ ਦੇ ਵਿੱਚ ਹੀ ਹੈ ਤਾਂ ਉੱਥੇ ਜਿਹੜੀ ਲਿਸਟ ਨੂੰ ਬਹੁਤੀਆਂ ਵੋਟਾਂ ਮਿਲ ਗਈਆਂ ਇਹਨਾਂ ਪਾਵ ਡੈਮੋਕ੍ਰੈਟਿਕ ਪਾਰਟੀ ਹੀ ਜਿੱਤਦੀ ਰਹਿੰਦੀ ਹੈ ਮੋਸਟਲੀ ਕੈਲੀਫੋਰਨੀਆ ਦੇ ਵਿੱਚ ਜੇ ਉਹਨਾਂ ਨੂੰ ਮੰਨ ਲਓ 51% ਵੋਟ ਮਿਲ ਗਈ ਜਾਂ ਟੋਟਲ ਦਾ ਵੱਧ ਮਿਲ ਗਈ ਤਾਂ 55 ਦੀਆਂ 55 ਸੀਟਾਂ ਉਹਨਾਂ ਨੂੰ ਜਾਣਗੀਆਂ ਸੋ ਜਿਹਨੂੰ 23 ਡੈਲੀਗੇਟ ਮਿਲ ਗਏ 55 ਉਹਦੇ ਹਿੱਸੇ ਹੋ ਜਾਣੇ ਆ ਤੇ ਜਿਹਨੂੰ ਵੀ ਤਿੰਨ ਡੈਲੀਗੇਟ ਨਹੀਂ ਮਨੇ ਨੇ ਡੈਲੀਗੇਟ ਤਾਂ ਲਿਸਟ ਚ ਨਹੀਂ ਜਾਣੀ ਹੈ ਉਹ ਵੋਟ ਪਰਸੈਂਟੇਜ ਦੇਖੀ ਜਾਊਗੀ ਕਿ ਡੈਮੋਕ੍ਰੈਟਿਕ ਪਾਰਟੀ ਦੀ ਲਿਸਟ ਨੂੰ ਕਿੰਨੀਆਂ ਵੋਟਾਂ ਮਿਲੀਆਂ ਜੀ ਜਿਹੜੀ ਦੂਜੀ ਰਿਪਬਲਿਕਨ ਦੀ ਲਿਸਟ ਆ ਉਹਨੂੰ ਕਿੰਨੀਆਂ ਵੋਟਾਂ ਮਿਲੀਆਂ ਜਿਹੜਾ ਗ੍ਰੀਨ ਪਾਰਟੀ ਵਾਲਾ ਉਹਨੂੰ ਕਿੰਨੀਆਂ ਮਿਲਿਆ ਲਿਬੇਰੈਟੇਰੀਅਨ ਆ ਇੱਕ ਉਹਨੂੰ ਕਿੰਨੀਆਂ ਮਿਲੀਆਂ ਉਹਨਾਂ ਦੀ ਦੇਖਣਗੇ ਜਿਹੜਾ ਜਿਹਨੂੰ ਜਿਹੜਾ ਵੱਧ ਵੋਟਾਂ ਲੈ ਜੂ ਜੀ ਸਾਰੀਆਂ 55 ਦੀਆਂ 55 ਸੀਟਾਂ ਉਹਨਾਂ ਨੂੰ ਹੀ ਜਾਂਦੀਆਂ। ਤਾਂ ਇਸ ਤਰ੍ਹਾਂ ਨਾਲ ਜਦੋਂ ਵੋਟਾਂ ਦਾ ਅਕਾਊਂਟ ਕੀਤਾ ਜਾਂਦਾ ਇੱਕ ਇੱਕ ਸਟੇਟ ਦੇ ਫਰਕ ਨਾਲ ਬਹੁਤ ਜ਼ਿਆਦਾ ਵੱਡਾ ਫਰਕ ਪੈ ਜਾਂਦਾ। ਚਾਰ ਸਟੇਟਾਂ ਵੱਡੀਆਂ ਮੰਨੀਆਂ ਜਾਂਦੀਆਂ ਨੇ ਕਿ ਫਲੋਰੀਡਾ ਦੀਆਂ 29, ਨਿਊਯਾਰਕ ਦੀਆਂ 29, ਟੈਕਸਸ ਦੀਆਂ 38 ਇਹਨਾਂ ਦੀਆਂ 55 ਚਾਰਾਂ ਨੂੰ ਮਿਲਾ ਕੇ ਜਦੋਂ ਦੇਖਿਆ ਜਾਂਦਾ 151 ਡੈਲੀਗੇਟਸ ਦੇ ਬਣ ਜਾਂਦੇ ਨੇ ਤੇ ਜਿੱਤਣ ਲਈ 270 ਡੈਲੀਗੇਟਸ ਦੀ ਬਹੁਮਤ ਚਾਹੀਦਾ ਹੁੰਦਾ। ਤਾਂ ਇਸ ਹਿਸਾਬ ਦੇ ਨਾਲ ਕਈ ਵਾਰੀ ਉਹ ਨੈਸ਼ਨਲ ਐਵਰੇਜ ਨਾਲ ਮੇਲ ਨਹੀਂ ਖਾਂਦੇ ਬੜਾ ਕੰਪਲਿਕੇਟਿਡ ਮੈਥਡ ਆ ਉਹਨਾਂ ਦਾ। ਤਾਂ ਉਹ ਨੈਸ਼ਨਲ ਐਵਰੇਜ ਜਿਹੜੇ ਉਮੀਦਵਾਰ ਆ ਉਹ ਇਲੈਕਸ਼ਨ ਜਿੱਤ ਜਾਂਦੇ ਨੇ ਉਸ ਹਿਸਾਬ ਦੇ ਨਾਲ ਕਿਹਾ ਜਾਂਦਾ ਕਿ ਕਲਿੰਟਨ ਦਾ ਹੱਥ ਕਾਫੀ ਉੱਤੇ ਹੈ ਕਿਉਂਕਿ ਜਿਹੜੀਆਂ ਵੱਡੀਆਂ ਸਟੇਟਸ ਨੇ ਜਿੱਥੇ ਵੱਧ ਡੈਲੀਗੇਟਸ ਆਉਣੇ ਨੇ ਜਿਵੇਂ ਨਿਊਯਾਰਕ ਹੈ ਕੈਲੀਫੋਰਨੀਆ ਇਹ ਉਹਦੇ ਹੱਥ ਦੇ ਵਿੱਚ ਨੇ ਖਾਸ ਤੌਰ ਤੇ ਡੈਮੋਕ੍ਰੇਟਸ ਦੇ ਹੱਥ ਦੇ ਵਿੱਚ ਜੇ ਅਸੀਂ ਦੋਨਾਂ ਦੇ ਅਮਰੀਕਾ ਦੇ ਕੰਡੇ ਲੈ ਲਈਏ ਕਿ ਈਸਟ ਤੇ ਵੈਸਟਰਨ ਕੋਸਟ ਆ ਜਿਹੜੀ ਉੱਥੇ ਡੈਮੋਕ੍ਰੇਟ ਆਮ ਤੌਰ ਤੇ ਭਾਰੂ ਹੁੰਦੇ ਨੇ ਡਾਕਟਰ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਸੋ ਕੁਝ ਕਿ ਦਿਨ ਰਹਿ ਗਏ ਨੇ ਅਮਰੀਕਾ ਦੇ ਚੋਣ ਵਾਸਤੇ ਰਾਸ਼ਟਰਪਤੀ ਦੀ ਪਰ ਫਿਲਹਾਲ ਹਿਲਰੀ ਕਲਿੰਟਨ ਦਾ ਅ ਕੱਲ ਨੂੰ ਕਿਨਵ ਮੁੱਦਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈਦੇ ਹੋਏ ਇਜਾਜ਼ਤ ਧੰਨਵਾਦ